ਸਿੱਧੂ ਮੂਸੇ ਵਾਲੇ ਨੇ ਆਪਣੇ ਨਵੇਂ ਗੀਤ ਦੇ ਵਿੱਚ ਬਲਕਾਰ ਰਣਖੀਲੇ ਦਾ ਲਿਆ ਨਾਮ। ਬਲਕਾਰ ਰਣਖੀਲੇ ਦੀ ਹਰ ਪਾਸੇ ਹੋਈ ਬੱਲੇ ਬੱਲੇ, ਬਲਕਾਰ ਰਣਖੀਲੇ ਨੇ ਵੀ ਕੀਤਾ ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਈ ਸਿੱਧੂ ਮੂਸੇ ਵਾਲੇ ਨੇ ਅੱਜ ਤੱਕ ਜਿਸ ਦਾ ਵੀ ਆਪਣੇ ਗੀਤ ਦੇ ਵਿੱਚ ਨਾਮ ਲਿਆ ਹੈ, ਜਿਸ ਦਾ ਵੀ ਜ਼ਿਕਰ ਕੀਤਾ ਹੈ, ਉਸ ਦੀ ਫਿਰ ਬੱਲੇ ਬੱਲੇ ਹੋਊਗੀ, ਚਾਹੇ ਉਸ ਨੂੰ ਦੁਨੀਆ ਭੁੱਲ ਚੁੱਕੀ ਸੀ। ਪਰ ਸਿੱਧੂ ਬਾਈ ਦੇ ਨਾਮ ਲੈਣ ਤੋਂ ਬਾਅਦ ਸਰਚਾਂ ਵੱਜਣ ਲੱਗੀਆਂ ਉਸ ਬੰਦੇ ਦੇ ਨਾਮ ਦੀਆਂ। ਆਪਣੇ ਸਾਹਮਣੇ ਕੁਝ ਉਦਾਹਰਣ ਨੇ, ਜਿਵੇਂ ਕਿ ਆਪਾਂ ਅਗਰ ਜਸਵਿੰਦਰ ਬਰਾੜ ਦੀ ਗੱਲ ਕਰਦੇ ਹਾਂ, ਜਸਵਿੰਦਰ ਬਰਾੜ ਨੂੰ ਨਵੀਂ ਪੀੜ੍ਹੀ ਭੁੱਲ ਚੁੱਕੀ ਸੀ, ਪਰ ਜਦੋਂ ਬਾਈ ਸਿੱਧੂ ਮੂਸੇ ਵਾਲੇ ਨੇ ਆਪਣੇ ਗੀਤ ਦੇ ਵਿੱਚ ਜ਼ਿਕਰ ਕੀਤਾ ਜਸਵਿੰਦਰ ਬਰਾੜ ਦਾ, ਤਾਂ ਹਰ ਪਾਸੇ ਜਸਵਿੰਦਰ ਬਰਾੜ ਦੀ ਫਿਰ ਤੋਂ ਚਰਚਾ ਹੋਣ ਲੱਗੀ। ਅਤੇ ਅੱਜ ਦੇ ਸਮੇਂ ਵਿੱਚ ਜਸਵਿੰਦਰ ਬਰਾੜ ਜੀ ਚੰਗੇ ਸ਼ੋਅ ਵੀ ਲਾ ਰਹੇ ਨੇ ਅਤੇ ਵਧੀਆ ਨਾਮ ਇੱਕ ਵਾਰ ਫਿਰ ਤੋਂ ਉਹਨਾਂ ਨੇ ਕਮਾਇਆ ਹੈ, ਸਿਰਫ ਤੇ ਸਿਰਫ ਬਾਈ ਸਿੱਧੂ ਮੂਸੇ ਵਾਲੇ ਕਰਕੇ। ਹੁਣ ਗੱਲ ਕਰਦੇ ਹਾਂ ਬਾਈ ਬਲਕਾਰ ਰਣਖੀਲੇ ਦੀ। ਬਲਕਾਰ ਰਣਖੀਲੇ ਨੂੰ ਵੀ ਨਵੀਂ ਪੀੜ੍ਹੀ ਭੁੱਲ ਚੁੱਕੀ ਸੀ, ਪਰ ਬਲਕਾਰ ਰਣਖੀਲੇ ਦੀ ਚਰਚਾ ਉਦੋਂ ਸ਼ੁਰੂ ਹੋਈ ਦੁਬਾਰਾ ਜਦੋਂ ਬਾਈ ਸਿੱਧੂ ਮੂਸੇ ਵਾਲੇ ਨੇ ਆਪਣੇ ਟਰੈਕਟਰ ਦੇ ਉੱਪਰ ਜਾਂਦੇ ਹੋਏ ਬਲਕਾਰ ਰਣਖੀਲੇ ਦਾ ਗੀਤ ਲਾਇਆ ਅਤੇ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਬਲਕਾਰ ਰਣਖੀਲੇ ਦੀਆਂ ਵੀ ਸਰਚਾਂ ਵੱਜਣ ਲੱਗੀਆਂ ਕਿ ਆਖਰ ਇਹ ਕਲਾਕਾਰ ਹੈ ਕੌਣ ਜਿਸ ਦਾ ਗੀਤ ਬਾਈ ਸਿੱਧੂ ਮੂਸੇ ਵਾਲਾ ਆਪਣੇ ਟਰੈਕਟਰ ਦੇ ਉੱਪਰ ਲਗਾ ਕੇ ਜਾ ਰਿਹਾ ਹੈ। ਤਾਂ ਦੋਸਤੋ, ਉਸ ਤੋਂ ਬਾਅਦ ਨੇੜਤਾ ਵੀ ਵਧੀ ਬਾਈ ਬਲਕਾਰ ਰਣਖੀਲੇ ਹੋਰਾਂ ਦੀ ਸਿੱਧੂ ਮੂਸੇ ਵਾਲੇ ਦੇ ਨਾਲ, ਅਤੇ ਮੂਸਾ ਜੱਟ ਫਿਲਮ ਦੇ ਵਿੱਚ ਵੀ ਗੀਤ ਗਾਉਣ ਦਾ ਮੌਕਾ ਮਿਲਿਆ ਬਾਈ ਬਲਕਾਰ ਰਣਖੀਲੇ ਨੂੰ। ਅਤੇ ਇਸੇ ਕਰਕੇ ਬਲਕਾਰ ਰਣਖੀਲੇ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਕਿਸੇ ਵੀ ਪੱਤਰਕਾਰ ਦੀ, ਤਾਂ ਉਹ ਬਾਈ ਸਿੱਧੂ ਮੂਸੇ ਵਾਲੇ ਦਾ ਜ਼ਿਕਰ ਕਰਨੋਂ ਪਿੱਛੇ ਨਹੀਂ ਹਟਦੇ। ਅਤੇ ਉਹ ਕਹਿ ਵੀ ਦਿੰਦੇ ਨੇ ਕਿ ਅੱਜ ਦੇ ਸਮੇਂ ਵਿੱਚ ਅਗਰ ਮੈਂ ਜੋ ਵੀ ਹਾਂ ਤਾਂ ਬਾਈ ਸਿੱਧੂ ਕਰਕੇ ਹਾਂ, ਕਿਉਂਕਿ ਬਲਕਾਰ ਰਣਖੀਲਾ ਚਾਹੇ ਪੁਰਾਣਾ ਕਲਾਕਾਰ ਹੈ, ਉਸ ਨੇ ਆਪਣੇ ਸਮੇਂ ਦੇ ਵਿੱਚ ਝੰਡੇ ਗੱਡੇ ਸੀ, ਪਰ ਅੱਜ ਕੱਲ੍ਹ ਦਾ ਜੋ ਦੌਰ ਹੈ ਹੋਰ ਹੈ ਅਤੇ ਇਸ ਦੌਰ ਦੇ ਵਿੱਚ ਨਵੇਂ ਕਲਾਕਾਰ ਆ ਚੁੱਕੇ ਨੇ ਅਤੇ ਪੁਰਾਣਿਆਂ ਦੀ ਜਗ੍ਹਾ ਨਵਿਆਂ ਨੇ ਲੈ ਲਈ ਹੈ। ਪਰ ਸਿੱਧੂ ਮੂਸੇ ਵਾਲੇ ਕਰਕੇ ਇੱਕ ਵਾਰ ਫਿਰ ਤੋਂ ਬਲਕਾਰ ਰਣਖੀਲੇ ਦੇ ਕਾਫੀ ਜ਼ਿਆਦਾ ਜਿਹੜੇ ਸ਼ੋਅ ਨੇ ਹੋਣ ਲੱਗੇ ਨੇ। ਅਤੇ ਇੱਥੋਂ ਤੱਕ ਅਗਰ ਆਪਾਂ ਗੱਲ ਕਰਦੇ ਹਾਂ ਕਿ ਡੇਟਾਂ ਵੀ ਅੱਜ ਕੱਲ੍ਹ ਮੁਸ਼ਕਲ ਨਾਲ ਮਿਲਦੀਆਂ ਨੇ ਬਾਈ ਬਲਕਾਰ ਰਣਖੀਲੇ ਕੋਲੋਂ। ਅਤੇ ਦੋਸਤੋ, ਹੁਣ ਇੱਕ ਵਾਰ ਫਿਰ ਤੋਂ ਬਲਕਾਰ ਰਣਖੀਲੇ ਦੀ ਬੱਲੇ ਬੱਲੇ ਕਰਾਈ ਹੈ ਬਾਈ ਸਿੱਧੂ ਮੂਸੇ ਵਾਲੇ ਨੇ। ਸਨੀ ਮਾਲਟਣ ਦੇ ਨਾਲ ਨਵਾਂ ਗੀਤ ਆਇਆ ਹੈ ਬਾਈ ਸਿੱਧੂ ਮੂਸੇ ਵਾਲੇ ਦਾ ਅਤੇ ਇਸ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਬਲਕਾਰ ਰਣਖੀਲੇ ਦਾ ਬਾਈ ਸਿੱਧੂ ਮੂਸੇ ਵਾਲੇ ਨੇ। ਦੋਸਤੋ, ਬਹੁਤ ਵੱਡੀ ਗੱਲ ਹੈ, ਸਿੱਧੂ ਮੂਸੇ ਵਾਲਾ ਜਿਸ ਨੂੰ ਕਿ ਪੂਰੀ ਦੁਨੀਆ ਪਸੰਦ ਕਰਦੀ ਹੈ, ਅੱਜ ਆਪਣੇ ਵਿੱਚ ਉਹ ਬਾਈ ਹੈ ਵੀ ਨਹੀਂ, ਪਰ ਉਸ ਦੇ ਮੂੰਹੋਂ ਅਗਰ ਕਿਸੇ ਕਲਾਕਾਰ ਦਾ ਨਾਮ ਲਿਆ ਜਾਂਦਾ ਹੈ ਆਪਣੇ ਗੀਤ ਦੇ ਵਿੱਚ, ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਪੁਰਾਣੇ ਜਿਹੜੇ ਗੀਤ ਨੇ ਰਿਕਾਰਡ ਪਏ ਨੇ ਅਤੇ ਬਲਕਾਰ ਰਣਖੀਲੇ ਦਾ ਜ਼ਿਕਰ ਇੱਥੇ ਸਿੱਧੂ ਮੂਸੇ ਵਾਲੇ ਨੇ ਕੀਤਾ ਹੈ ਕਿ ਕਾਲੀ ਕਾਲੀ ਰੇਂਜ ਵਿੱਚ ਵੱਜੇ ਰਣਖੀਲਾ। ਜਾਣੀ ਕਿ ਦੋਸਤੋ, ਬਹੁਤ ਵੱਡੀ ਗੱਲ ਹੈ ਕਿ ਇੱਕ ਵਾਰ ਫਿਰ ਤੋਂ ਮਾਣ ਵਧਾਇਆ ਬਲਕਾਰ ਰਣਖੀਲੇ ਦਾ। ਬਲਕਾਰ ਰਣਖੀਲੇ ਨੇ ਵੀ ਇੱਕ ਪੋਸਟ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ, ਇਸ ਦੇ ਵਿੱਚ ਮਿਸ ਕੀਤਾ ਬਾਈ ਸਿੱਧੂ ਮੂਸੇ ਵਾਲੇ ਨੂੰ, ਸਿੱਧੂ ਮੂਸੇ ਵਾਲੇ ਕਰਕੇ ਪੋਸਟ ਵੀ ਪਾਈ ਹੈ ਅਤੇ ਪਿੱਛੇ ਤੁਸੀਂ ਦੇਖ ਰਹੇ ਹੋ ਜੈਕਟ ਦੇ ਉੱਪਰ ਸਿੱਧੂ ਮੂਸੇ ਵਾਲੇ ਬਾਈ ਦੀ ਜਿਹੜੀ ਫੋਟੋ ਹੈ ਲੱਗੀ ਹੋਈ ਹੈ। ਅਤੇ ਕਮੈਂਟਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਕਾਲੀ ਰੇਂਜ ਵਿੱਚ ਵੱਜੇ ਰਣਖੀਲਾ ਲਿਖਿਆ ਹੋਇਆ ਹੈ ਲੋਕਾਂ ਨੇ, ਜਾਣੀ ਕਿ ਹਰ ਪਾਸੇ ਮੂਸੇ ਵਾਲਾ ਹੋਈ ਪਈ ਹੈ। ਤਾਂ ਦੋਸਤੋ, ਬਹੁਤ ਵੱਡੀ ਗੱਲ ਹੈ ਕਿ ਸਿੱਧੂ ਮੂਸੇ ਵਾਲੇ ਨੇ ਇੱਕ ਵਾਰ ਫਿਰ ਤੋਂ ਇਸ ਕਲਾਕਾਰ ਦਾ ਮਾਣ ਵਧਾਇਆ ਹੈ। ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟਾਂ ਵਿੱਚ, ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇ ਕੇ ਜਾਣਾ। ਅਗਰ ਤੁਸੀਂ ਬਾਈ ਸਿੱਧੂ ਮੂਸੇ ਵਾਲੇ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇਖਣ ਦੇ ਚਾਹਵਾਨ ਹੋ ਤਾਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਅਗਰ ਵੀਡੀਓ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ। ਧੰਨਵਾਦ, ਰੱਬ ਰੱਖਾ।